ਕਿਉਂਕਿ ਦੁਨੀਆਂ ਦਾ ਮਾਲਕ ਦੇ ਉੱਤੇ ਵਾਰ ਹੋਏ। ਹਨੇਰੀ ਇੰਨੀ ਤੇਜ਼, ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਔਰੰਗਜ਼ੇਬ ਸਾਡੀ ਸ਼ਹੀਦੀ ਤੋਂ ਬਾਅਦ ਅੱਜ ਸਿੱਖ ਪੰਥ ਦੀ ਨੀਂਹ ਪੂਰੀ ਹੋ ਗਈ। ਹੁਣ ਸਿੱਖ ਪੰਥ ਦੇ ਵਿੱਚ ਕੇਵਲ ਪੰਜ ਇੱਟਾਂ ਪੰਜ ਪਿਆਰਿਆਂ ਦੀਆਂ ਲੱਗਣਗੀਆਂ। ਪੰਜ ਸੀਸ ਨੂੰ ਹੋਣਗੇ ਉਹ ਸਿੱਖਾਂ ਦੇ ਹੀ ਹੋਣਗੇ। ਤੇ ਗੁਰਮੁਖੋਂ ਧਿਆਨ ਦੇਈਏ, ਪਹਾੜੀ ਆਏ ਪਹਾੜੀ ਗਏ। ਜਦੋਂ ਪਹਾੜੀਆਂ ਦਾ ਰਾਜ ਆਇਆ, ਪਹਾੜੀਆਂ ਦਾ ਝੰਡਾ ਵੀ ਆਇਆ। ਪਹਾੜੀਆਂ ਦਾ ਰਾਜ ਗਿਆ, ਪਹਾੜੀਆਂ ਦਾ ਝੰਡਾ ਗਿਆ। ਪੁਰਤਗਾਲ ਆਏ, ਉਹਨਾਂ ਦਾ ਝੰਡਾ ਆਇਆ, ਗਏ ਉਹਨਾਂ ਦੇ ਝੰਡੇ ਗਏ। ਅੰਗਰੇਜ਼ ਆਏ, ਅੰਗਰੇਜ਼ਾਂ ਦੇ ਝੰਡੇ ਆਏ। ਜਦੋਂ ਅੰਗਰੇਜ਼ ਗਏ, ਅੰਗਰੇਜ਼ਾਂ ਦੇ ਝੰਡੇ ਗਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਬਚਨ ਹੈ, ਸਿੱਖ ਪੰਥ ਇੱਕ ਵਾਰ ਆਇਆ, ਅੱਜ ਦੁਨੀਆਂ ਦਾ ਕੋਈ ਕੋਨਾ ਨਹੀਂ ਜਿੱਥੇ ਨਿਸ਼ਾਨ ਸਾਹਿਬ ਨਹੀਂ ਝੂਲਦੇ। I'm gonna make you mine.